ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਰਾਜ ਪੰਜਾਬੀ ਕਹਾਣੀਆਂ ਵਿੱਚ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਆਓ ਤੁਹਾਡੇ ਲਈ ਲੈ ਕੇ ਆਏ ਹਾਂ ਡੇਰੇ ਵਾਲਾ ਬਾਬਾ ਕਹਾਣੀ ਦਾ 8ਵਾਂ ਭਾਗ। ਜੇਕਰ ਚੈਨਲ 'ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਵੀਡੀਓ ਨੂੰ ਲਾਈਕ ਕਰ ਦਿਆ ਜੇ। ਅੱਜ ਬਚਨੋ ਕੇ ਘਰ ਪੂਰੀ ਚਹਿਲ ਪਹਿਲ ਸੀ, ਸ਼੍ਰੀ ਜੋ ਬੰਨਣਾ ਸੀ, ਪੰਮੀ ਨੈਣ ਸਾਰੇ ਸ਼ਰੀਕੇ 'ਚ ਅਤੇ ਗੁਆਂਢੀਆਂ ਨੂੰ ਕਹਿਣ ਚਲੀ ਗਈ ਸੀ। ਸੀਤੋ ਗੁਆਂਢਣਾ ਦੇ ਨਾਲ ਲੱਗ ਕੇ ਸ਼੍ਰੀ ਅਤੇ ਨਿੰਮ ਦੇ ਪੱਤੇ ਖੰਮਣੀ ਦੀ ਡੋਰ ਬਣਾ ਉਸ ਵਿੱਚ ਬੰਨ ਰਹੀ ਸੀ। ਦੀਪੋ ਦੇ ਚਿਹਰੇ 'ਤੇ ਨਕਲੀ ਹਾਸਾ ਸੀ। ਬਲਵੀਰੋ ਆਪਣੇ ਨਿਆਣਿਆਂ ਨੂੰ ਦੁੱਧ ਦੇ ਰਹੀ ਸੀ। ਦੀਪੋ ਦੀਆਂ ਨਜ਼ਰਾਂ ਵਿੱਚ ਸਿਰਫ ਰਿਸ਼ੀ ਸੀ। ਦੀਪੋ ਨੇ ਸੋਚਿਆ, ਬੇਬੇ ਨੇ ਕਿਹਾ ਤਾਂ ਸੀ ਵੀ ਲਾਜ਼ਮੀ ਆਉਣ, ਪਰ ਕੀ ਪਤਾ ਆਉਣ ਜਾਂ ਨਾ ਆਉਣ। ਚੱਲ ਭਾਬੀ, ਸੀਤੋ ਨੂੰ ਪੁੱਛਦੀ ਹਾਂ। ਨਹੀਂ ਭਾਬੀ, ਗੱਲ ਸੁਣੀ ਮਾੜੀ ਜੀ। ਸੀਤੋ ਬੈਠੀਆਂ ਬੁੜੀਆਂ 'ਚੋਂ ਉੱਠ ਦੀਪੋ ਕੋਲ ਆ ਗਈ। ਦੀਪੋ ਨੇ ਪੁੱਛਿਆ, ਭਾਬੀ ਭਲਾ ਅੱਜ ਸੁਰਜੀਤ ਆਊਗਾ ਘਰੇ? ਸੀਤੋ ਨੇ ਕਿਹਾ, ਅੱਜ ਡਾਲੀ ਕਰਨ ਨਹੀਂ ਆਇਆ ਕੋਈ, ਇਹਦਾ ਮਤਲਬ ਅੱਜ ਬਾਬਾ ਜੀ ਆਉਣਗੇ, ਨਾਲੇ ਤੇਰੇ ਮਾਰਾ ਤਾਂ ਜ਼ਰੂਰ ਆਊਗਾ। ਦੀਪਾ ਥੋੜ੍ਹਾ ਖੁਸ਼ ਹੋ ਗਈ। ਚੱਲ ਭਾਬੀ, ਫਿਰ ਮੈਂ ਸੋਹਣਾ ਸੂਟ ਪਾ ਲੈਂਦੀ ਹਾਂ। ਸੀਤੋ ਨੇ ਦੀਪੋ ਨੂੰ ਹੋਰ ਦੱਸਿਆ ਕਿ ਬਾਬੇ ਦੇ ਚੇਲੇ ਨੇ ਮੈਨੂੰ ਸੁਨੇਹਾ ਲਾਇਆ ਸੀ ਤੈਨੂੰ ਮਿਲਣ ਲਈ, ਪਰ ਹਜੇ ਕੋਈ ਪੱਜ ਜਾ ਨਹੀਂ ਬਣਦਾ, ਜਿੱਦਣ ਬਣਿਆ ਉਦਣ ਮਿਲਾਉਂਗੀ। ਦੀਪੋ ਨੇ ਦੁਪਹਿਰ ਖਿੜੀ ਰੰਗ ਵਰਗਾ ਸੂਟ ਪਾਇਆ, ਵਾਲ ਪੂਰੇ ਸ਼ੌਂਕ ਨਾਲ ਵਾਹੇ, ਜਿਵੇਂ ਕੋਈ ਰਿਸ਼ਤਾ ਮੰਗਣ ਆ ਰਿਹਾ ਹੋਵੇ। ਅੱਜ ਉਹ ਪੂਰਾ ਨਿਖਰਨਾ ਚਾਹੁੰਦੀ ਸੀ ਕਿ ਜੇ ਕੋਈ ਕੱਜ ਰਹਿ ਗਿਆ ਅਗਲਾ ਨਾ ਨਾ ਕਰ ਦੇਵੇ ਰਿਸ਼ਤੇ ਨੂੰ। ਬਚਨੋ ਨੇ ਪੁੱਛਿਆ, ਭਾਈ ਤੇਜੇ, ਬਾਬੇ ਨੂੰ ਸੁਨੇਹਾ ਭੇਜਤਾ ਸੀ ਵੀ ਜਦੋਂ ਉਹ ਆਇਆ ਉਦੋਂ ਹੀ ਸ਼੍ਰੀ ਬੰਨਾਂਗੇ? ਤੇਜੇ ਨੇ ਦੱਸਿਆ, ਹਾਂ ਬੇਬੇ, ਕਹਿਤਾ ਸੀ ਬਾਬਾ ਜੀ ਆਉਣਗੇ। ਇਹ ਸੁਣਦਿਆਂ ਦੀਪੋ ਹੋਰ ਖੁਸ਼ ਹੋ ਗਈ। ਸਾਰੇ ਸ਼ਰੀਕੇ ਕਬੀਲੇ ਵਾਲੇ ਆ ਗਏ ਸਨ। ਨਾਜਰ ਆਪਣੇ ਮਨ ਵਿੱਚ ਸੋਚ ਰਿਹਾ ਸੀ ਕਿ ਜਗੀਰੋ ਦੇ ਵੀ ਮੁੰਡਾ ਹੋਇਆ ਤਾਂ ਰੌਣਕ ਹੋਊ ਸਾਡੇ ਘਰ ਵੀ। ਰਿਸ਼ੀ ਪਾਲ ਬਾਬਾ ਅਤੇ ਚੇਲੇ ਘਰ ਆ ਗਏ। ਦੀਪੋ ਅੱਡੀਆਂ ਨਾਲ ਪਤਾਸੇ ਭੋਰਦੀ ਫਿਰਦੀ ਸੀ। ਬਾਬੇ ਨੇ ਬਚਨੋ ਦੇ ਪੋਤੇ ਗੁਰਦਿੱਤੇ ਨੂੰ ਆਸ਼ੀਰਵਾਦ ਦੇਣ ਲਈ ਇੱਕ ਹੱਥ ਮੁੰਡੇ ਦੇ ਸਿਰ 'ਤੇ ਅਤੇ ਅੱਖ ਦੀਪੋ ਵੱਲ ਰੱਖੀ। ਪੰਮੀ ਨੈਣ, ਸੀਤੋ, ਦੀਪੋ, ਵੀਰਾਂ, ਤੇਜੋ, ਮੇਲੋ, ਬਿੰਦਰ ਦੀ ਬੇਬੇ ਆਦਿ ਕੁੜੀਆਂ ਬੁੜੀਆਂ ਨੇ ਇਕੱਠੇ ਹੋ ਸ਼੍ਰੀ ਬੰਨਿਆ ਅਤੇ ਬਚਨੋ ਨੂੰ ਵਧਾਈਆਂ ਦਿੱਤੀਆਂ। ਚਾਹ ਪਾਣੀ ਪੀ ਕੇ ਸਭ ਆਪੋ ਆਪਣੇ ਘਰ ਚਲੀਆਂ ਗਈਆਂ। ਬਾਬਾ ਜੀ ਅਤੇ ਉਹਨਾਂ ਦੇ ਚੇਲੇ ਜਾਣ ਲੱਗੇ ਤਾਂ ਬਚਨੋ ਨੇ ਪ੍ਰਸ਼ਾਦ ਪਾਣੀ ਛੱਕ ਕੇ ਜਾਣ ਦੀ ਬੇਨਤੀ ਕੀਤੀ। ਨਾਜਰ ਅਤੇ ਤੇਜਾ ਖੇਤ ਚਲੇ ਗਏ। ਸੀਤੋ ਬਚਨੋ ਨਾਲ ਰੋਟੀ ਬਣਾਉਣ ਲੱਗੀ। ਖੀਰ ਬਣਾਈ ਗਈ, ਦੇਸੀ ਘਿਓ ਦੀਆਂ 3 ਖੂਜੀਆਂ ਦੌੜਾਂ ਸੀਤੋ ਨੇ ਦੀਪੋ ਦੀ ਫਰਮਾਇਸ਼ 'ਤੇ ਬਣਾਈਆਂ। ਬਚਨੋ ਨੇ ਕਿਹਾ, ਨੀ ਦੀਪੋ ਐਂ ਕਰ, ਗੜਵੀ ਪਾਣੀ ਦੀ ਲਿਜਾ ਕੇ ਬਾਬਾ ਜੀਆਂ ਦੇ ਹੱਥ ਧਵਾ ਆ, ਦੀਪੋ ਨੂੰ ਤਾਂ ਮੌਕਾ ਚਾਹੀਦਾ ਸੀ। ਦੀਪੋ ਨੇ ਇੱਕ ਹੱਥ ਪਾਣੀ ਅਤੇ ਦੂਜੇ ਹੱਥ 'ਚ ਪੂੰਝਣ ਲਈ ਸਾਫਾ ਲਿਆ ਅਤੇ ਆਪਣੇ ਰਿਸ਼ੀ ਕੋਲ ਚਲੀ ਗਈ। ਇੱਕ ਪਾਸੇ ਬਾਬਾ ਜੀ ਦੇ ਚੇਲੇ ਬੈਠੇ ਸੀ, ਕੰਦੋਲੀ ਦਾ ਓਹਲਾ ਸੀ ਅਤੇ ਬਚਨੋ ਦੀ ਪਿੱਠ ਸੀ ਉਹਨਾਂ ਵੱਲ। ਬਲਵੀਰੋ ਬੈਠਕ 'ਚ ਬੈਠੀ ਸੀ। ਦੀਪੋ ਨੇ ਜਦੋਂ ਨਿਉਂ ਕੇ ਰਿਸ਼ੀ ਦੇ ਹੱਥ ਧਵਾਏ ਤਾਂ ਦੀਪੋ ਦੀ ਚੁੰਨੀ ਸਰਕ ਗਈ। ਰਿਸ਼ੀ ਨੇ ਸ਼ਰਾਰਤ 'ਚ ਹੱਥ ਲਾਇਆ। ਦੀਪੋ ਹੱਸ ਕੇ ਦੂਜੇ ਚੇਲਿਆਂ ਵੱਲ ਹੋ ਗਈ। ਰੋਟੀ ਫੜਾ ਕੇ ਦੀਪੋ ਫਿਰ ਬੇਬੇ ਕੋਲ ਆ ਬੈਠੀ। ਬਚਨੋ ਕਹਿੰਦੀ, ਪੁੱਤ 2 ਕੁ ਰੋਟੀਆਂ ਤੂੰ ਲਹਾ ਦੇ, ਮੈਂ ਬਾਬਾ ਜੀਆਂ ਨੂੰ ਪੁੱਛ ਆਵਾਂ, ਕੋਈ ਚੀਜ਼ ਵਸਤ ਦੀ ਲੋੜ ਤਾਂ ਨਹੀਂ ਹੋਵੇਗੀ। ਬਾਬਾ ਰਿਸ਼ੀ ਅਤੇ ਉਹਦੇ ਚੇਲੇ ਪ੍ਰਸ਼ਾਦ ਪਾਣੀ ਛੱਕ ਜਾਣ ਲੱਗੇ ਤਾਂ ਬਚਨੋ ਨੇ ਦੁੱਧ ਦਾ ਡੋਲੂ ਭਰ ਦਿੱਤਾ।
ਕੁਟੀਆ ਵਿੱਚ ਆ ਕੇ ਬਾਬਾ ਜੀ ਦੀਪੋ ਬਾਰੇ ਸੋਚਣ ਲੱਗੇ। ਫਿਰ ਆਪਣੇ ਚੇਲਿਆਂ ਨੂੰ ਪੁੱਛਿਆ, ਓਏ ਭਾਈ ਜਵਾਕਾਂ ਨੂੰ ਕਹਿਤਾ ਸੀ ਵੀ ਅਜਿਹਾ ਕਰੋ ਕੁਟੀਆ 'ਚ? ਚੇਲੇ ਨੇ ਕਿਹਾ, ਹਾਂਜੀ ਬਾਬਾ ਜੀ, ਜਵਾਕ ਕਹਿੰਦੇ ਸੀ ਵੀ ਕੱਲ੍ਹ ਤੋਂ ਆਇਆ ਕਰਾਂਗੇ। ਇੰਨੇ ਨੂੰ 4-5 ਜਵਾਕਾਂ ਦੀ ਟੋਲੀ ਆਉਂਦੀ ਚੇਲੇ ਦੇ ਨਜ਼ਰ ਪਈ। ਬਾਬਾ ਜੀ ਉਹ ਵੇਖੋ, ਲੱਗਦਾ ਆਉਂਦੇ ਆ ਜਵਾਕ ਪੜ੍ਹਨ ਵਾਸਤੇ। ਬਾਬਾ ਜੀ ਥੋੜ੍ਹਾ ਖੁਸ਼ ਹੋਏ। ਫਿਰ ਜਵਾਕਾਂ ਨੂੰ ਪੜ੍ਹਾਈ ਦੇ ਸਰਲ ਜਿਹੇ ਅੱਖਰ ਦੱਸਦੇ ਹੋਇਆਂ ਕਿਹਾ ਕਿ ਕੱਲ੍ਹ ਨੂੰ ਫਿਰ ਆਇਓ, ਤੁਹਾਨੂੰ ਅੱਖਰ ਪਾਉਣੇ ਦੱਸਾਂਗਾ। ਜਵਾਕ ਵੀ ਪੜ੍ਹਨ ਦੇ ਚਾਹਵਾਨ ਸਨ ਅਤੇ ਸਾਰਿਆਂ ਨੇ ਹਾਂ ਵਿੱਚ ਸਿਰ ਹਿਲਾਇਆ। ਜਵਾਕਾਂ ਦੇ ਮਨ ਖੁਸ਼ ਸਨ ਕਿ ਨਵੇਂ ਕੈਦਿਆਂ 'ਤੇ ਉਹ ਪੜ੍ਹਿਆ ਕਰਨਗੇ। ਘਰ ਜਾ ਕੇ ਜਵਾਕਾਂ ਨੇ ਦੱਸਿਆ ਕਿ ਕੁਟੀਆ ਵਾਲਾ ਬਾਬਾ ਬਹੁਤ ਚੰਗਾ ਏ ਅਤੇ ਅੱਜ ਉਹਨਾਂ ਨੇ ਚੰਗੇ ਚੰਗੇ ਸਬਕ ਪੜ੍ਹਾਏ ਆ। ਲੋਕਾਂ ਦੇ ਮਨ ਵਿੱਚ ਵੀ ਬਾਬੇ ਪ੍ਰਤੀ ਚੰਗੀ ਸੋਚ ਬਣਨ ਲੱਗੀ। ਬਾਬਾ ਹਰ ਰੋਜ਼ ਸਵੇਰੇ 10 ਗੁਰੂਆਂ ਦੀ ਬਾਣੀ ਸਪੀਕਰ 'ਤੇ ਲਾਉਂਦਾ ਅਤੇ ਹਰ ਇੱਕ ਨੂੰ 10 ਨੋਹਾਂ ਦੀ ਕਿਰਤ ਕਰਨ ਦੀ ਸਾਖੀ ਸੁਣਾਉਂਦਾ। ਹੁਣ ਸ਼ਮਸ਼ੇਰ ਸਿੰਘ ਘੋੜੀਆਂ ਵਾਲਾ ਕੁਟੀਆ ਵਿੱਚ ਪੜ੍ਹਨ ਵਾਲੇ ਜਵਾਕਾਂ ਦੀ ਗਿਣਤੀ ਵੇਖ ਸੋਚਦਾ ਕਿ ਕਿਉਂ ਨਾ ਇੱਥੇ ਇੱਕ ਵੱਖਰਾ ਛਤੜਾ ਬਣਾਇਆ ਜਾਵੇ ਤਾਂ ਜੋ ਜਵਾਕ ਇਕਾਂਤ ਵਿੱਚ ਚੰਗੀ ਤਰ੍ਹਾਂ ਪੜ੍ਹ ਸਕਣ, ਕਿਉਂਕਿ ਖੁਲਵਾਰੇ ਪੜ੍ਹਨ ਵਿੱਚ ਜਵਾਕਾਂ ਦਾ ਮਨ ਇੱਧਰ ਉੱਧਰ ਭਟਕਦਾ ਸੀ। ਸ਼ਮਸ਼ੇਰ ਨੇ ਪੁੱਛਿਆ, ਬਾਬਾ ਜੀ ਕਿਵੇਂ ਹੋ? ਬਾਬਾ ਰਿਸ਼ੀ ਨੇ ਕਿਹਾ, ਬਾਬਾ ਜੀ ਤੁਸੀਂ ਮੈਨੂੰ ਐਡੀ ਉਪਾਧੀ ਦੇ ਸ਼ਰਮਿੰਦਾ ਨਾ ਕਰਿਆ ਕਰੋ, ਅੱਜ ਤੋਂ ਮੈਂ ਤੁਹਾਡਾ ਰਿਸ਼ੀ ਪਾਲ ਹਾਂ। ਸ਼ਮਸ਼ੇਰ ਨੇ ਕਿਹਾ, ਜਿਵੇਂ ਭਾਈ ਤੂੰ ਕਹੇ ਅਸੀਂ ਤੈਨੂੰ ਰਿਸ਼ੀ ਪਾਲ ਕਹਿ ਦਿਆ ਕਰਾਂਗੇ। ਸ਼ਮਸ਼ੇਰ ਸਿੰਘ ਨੇ ਕਿਹਾ, ਰਿਸ਼ੀ ਪਾਲ ਗੱਲ ਇਉਂ ਆ ਭਾਈ ਵੀ ਜਵਾਕ ਤਾਂ ਵਾਹਵਾ ਆਉਣ ਲੱਗ ਪਏ ਆ, ਜਿਹੜੇ ਆ ਗਰੀਬ ਆ ਇਹਨਾਂ ਦਾ ਖਰਚਾ ਤੂੰ ਮੈਥੋਂ ਲੈ ਲਿਆ ਕਰ, ਐਵੇਂ ਇਹਨਾਂ ਦੇ ਮਾਪੇ ਤੰਗ ਨਾ ਹੋਣ। ਬਾਬੇ ਨੇ ਦੱਸਿਆ, ਨਹੀਂ ਜੀ ਉਹ ਤਾਂ ਮੈਂ ਲੈ ਦਿੱਤੀਆਂ ਸਨ ਫੱਟੀਆਂ ਅਤੇ ਕਲਮਾਂ ਦੁਆਤਾਂ, ਬਾਕੀ ਲੋੜ ਪਈ ਤਾਂ ਤੁਸੀਂ ਹੈਗੇ ਹੋ। ਸ਼ਮਸ਼ੇਰ ਨੇ ਗੱਲ ਅੱਗੇ ਤੋਰੀ ਅਤੇ ਕਿਹਾ, ਮੈਂ ਸੋਚਦਾ ਹਾਂ ਵੀ ਇੱਕ ਛਤੜਾ ਨਾ ਬਣਾ ਦਿੱਤਾ ਜਾਵੇ ਜਵਾਕਾਂ ਨੂੰ। ਬਾਬੇ ਨੇ ਕਿਹਾ, ਫਿਰ ਤਾਂ ਗੱਲ ਹੀ ਬਣ ਜੂ ਜੀ, ਬਾਬਾ ਹੁਣ ਆਪਣੀ ਪੂਰੀ ਠੁੱਕ ਬਣਾਉਣਾ ਚਾਹੁੰਦਾ ਸੀ ਪਿੰਡ 'ਚ, ਹੁਣ ਰਿਸ਼ੀ ਬਾਬਾ ਕਿਸੇ ਵੀ ਤੀਵੀਂ ਤੋਂ ਪੈਰੀ ਹੱਥ ਨਾ ਲਵਾਉਂਦਾ। ਜੇ ਕੋਈ ਕਹਿੰਦਾ ਵੀ ਬਾਬਾ ਜੀ ਪਹਿਲਾਂ ਤਾਂ ਤੁਸੀਂ ਐਂ ਰੋਕਦੇ ਨਹੀਂ ਸੀ ਪਰ ਹੁਣ ਕਿਉਂ, ਤਾਂ ਬਾਬਾ ਕਹਿੰਦਾ, ਭਾਈ ਹਰਿਦੁਆਰ 'ਚ ਜਦੋਂ ਗਏ ਸੀ ਉਦੋਂ ਸਾਡੀ ਸੰਸਥਾ ਵਾਲਿਆਂ ਨੇ ਕਿਹਾ ਸੀ ਕਿਸੇ ਨੂੰ ਪੈਰ ਨਹੀਂ ਛੂਹਣ ਦੇਣੇ, ਐਵੇਂ ਹੁਣ ਰਿਸ਼ੀ ਬਾਬਾ ਹਰ ਕਿਸੇ ਲੋੜਵੰਦ ਦੀ ਮਦਦ ਕਰਨ ਲੱਗਿਆ। ਜੇ ਕਿਸੇ ਗਰੀਬ ਦੀ ਧੀ ਦਾ ਵਿਆਹ ਹੁੰਦਾ ਉਹ ਆਪ ਰਾਸ਼ਨ ਪਾਣੀ ਦਿੰਦਾ, ਜਿਹੜਾ ਵੀ ਚੜ੍ਹਾਵਾ ਚੜ੍ਹਦਾ ਉਹ ਚੰਗੇ ਕੰਮਾਂ 'ਤੇ ਲਾ ਦਿੰਦਾ। ਇੱਕ ਦਿਨ ਰਿਸ਼ੀ ਨੇ ਸੋਚਿਆ ਵੀ ਦੀਪੋ ਵਾਲੀ ਗੱਲ ਸ਼ਮਸ਼ੇਰ ਸਿੰਘ ਨੂੰ ਦੱਸ ਦੇਵਾਂ, ਪਰ ਨਹੀਂ ਹਜੇ ਨਹੀਂ, ਕੋਈ ਮੌਕਾ ਆਊਗਾ ਉਦੋਂ ਹੀ ਦੱਸੂੰ। ਇੱਕ ਦਿਨ ਬਚਨੋ ਨੇ ਤੇਜੇ ਨੂੰ ਕਿਹਾ, ਭਾਈ ਤੂੰ ਐਂ ਕਰ, ਉਹ ਜਵਾਕੜੀਆਂ ਤਰਸਦੀਆਂ ਹੋਣਗੀਆਂ ਵੀਰ ਵੇਖਣ ਨੂੰ, ਲੈ ਆ ਉਹਨਾਂ ਨੂੰ। ਤੇਜੇ ਨੇ ਰਾਇ ਦਿੱਤੀ, ਬੇਬੇ ਮੈਂ ਇਉਂ ਕਹਿੰਦਾ ਸੀ ਵੀ ਆਪਾਂ ਪਾਠ ਵੀ ਕਰਵਾ ਹੀ ਦੇਈਏ। ਬਚਨੋ ਬੋਲੀ, ਭਾਈ ਗੱਲ ਇਹ ਆ ਵੀ ਹਜੇ ਰੁਕ ਜਾ, ਨਾਲੇ ਤਾਂ ਹੁਣ ਆਪਣਾ ਨਰਮੇ ਅਤੇ ਕਪਾਹ ਨੂੰ ਫਲ ਲੱਗ ਗਿਆ, ਇਹ ਇੱਕ ਵਾਰੀ ਚੁਗ ਲਵਾਂਗੇ ਫਿਰ ਕਰਵਾਵਾਂਗੇ ਪਾਠ। ਤੇਜਾ ਅੱਗੇ ਬੋਲਿਆ, ਠੀਕ ਆ ਬੇਬੇ ਜਿਵੇਂ ਤੂੰ ਕਹੇ। ਬਚਨੋ ਨੇ ਦੀਪੋ ਦਾ ਫਿਕਰ ਕਰਦਿਆਂ ਤੇਜੇ ਨੂੰ ਕਿਹਾ, ਭਾਈ ਹੁਣ ਤਾਂ ਸੁੱਖ ਨਾਲ ਮੇਰਾ ਪੋਤਾ ਵੀ 1.25 ਮਹੀਨੇ ਦਾ ਹੋ ਗਿਆ, ਹੁਣ ਆਪਾਂ ਕਰੀਏ ਗੱਲ ਤੇਰੀ ਮਾਸੀ ਨਾਲ ਦੀਪੋ ਦੇ ਸਾਕ ਬਾਰੇ। ਤੇਜੇ ਨੇ ਕਿਹਾ, ਬੇਬੇ ਹੁਣ ਦੀਪੋ ਦਾ ਰਿਸ਼ਤਾ ਵੀ ਆਪਾਂ ਅਖੰਡ ਪਾਠ ਤੋਂ ਬਾਅਦ ਕਰਾਂਗੇ, ਰਿਸ਼ਤਾ ਵੇਖਣ ਸਾਰ ਵਿਆਹ ਬੰਨ ਲਾਂਗੇ, ਬਾਹਲਾ ਟਾਈਮ ਨਹੀਂ ਪਾਉਂਦੇ। ਬਚਨੋ ਕਹਿੰਦੀ,
ਚੱਲ ਠੀਕ ਆ ਭਾਈ। ਬਚਨੋ ਨੇ ਸੀਤੋ ਨੂੰ ਕਿਹਾ, ਭਾਈ ਇਉਂ ਕਰ ਸੀਤੋ, ਕੱਲ੍ਹ ਨੂੰ ਗੋਹਾ ਮਿੱਟੀ ਦੀ ਤਲੀ ਫੇਰ ਦੂੰ ਘਰ 'ਚ, ਬਹੂ ਦੀ ਪੰਜੀਰੀ ਲੈ ਕੇ ਆਉਣਾ ਸੁੱਖ ਨਾਲ ਤੇਜੇ ਦੇ ਸਹੁਰਿਆਂ ਨੇ। ਸੀਤੋ ਨੇ ਹੁੰਗਾਰਾ ਭਰਦਿਆਂ ਕਿਹਾ, ਚੰਗਾ ਮਾਂ ਜੀ, ਫੇਰ ਦੇਵਾਂਗੇ, ਬਸ ਤੈਨੂੰ ਪਤਾ ਵੀ ਭਾਰੇ ਬੱਠਲ ਨਹੀਂ ਚੱਕਣੇ, ਚੱਲ ਉਹ ਮੈਨੂੰ ਦੀਪੋ ਫੜਾ ਦੇਊਗੀ। ਇੰਨਾ ਕਹਿ ਸੀਤੋ ਘਰੇ ਚਲੀ ਜਾਂਦੀ ਆ। ਬੰਤੇ ਨੇ ਸੀਤੋ ਨੂੰ ਘਰ ਆਉਂਦਿਆਂ ਕਿਹਾ, ਹੁਣ ਤੂੰ ਤੇਜੇ ਕਿਆਂ ਨੂੰ ਜਵਾਬ ਦੇ ਦੇ ਕੰਮ ਨੂੰ, ਘਰੇ ਵੀ ਔਖਾ। ਸੀਤੋ ਨੇ ਦੱਸਿਆ, ਬਸ ਥੋੜ੍ਹੇ ਕੁ ਦਿਨ ਲਾ ਲਵਾਂ, ਬਸ ਫਿਰ ਹਟ ਜੂੰ। ਨਾਲੇ ਮੈਂ ਐਂ ਕਹਿੰਦੀ ਸੀ ਵੀ ਜਗੀਰੋ ਦਾ ਪਤਾ ਹੀ ਲੈ ਆਉਂਦੇ ਸੁੱਖ ਸਾਂਦ ਦਾ। ਬੰਤਾ ਕਹਿੰਦਾ, ਚੱਲ ਕੱਲ੍ਹ ਨੂੰ ਪੁੱਛਦਾ ਸਰਦਾਰਾਂ ਨੂੰ, ਜੇ ਮੰਨ ਗਏ ਤਾਂ ਮੈਂ ਅਤੇ ਨਾਜਰ ਜਾ ਆਵਾਂਗੇ। ਸੀਤੋ ਆਪਣੇ ਮਨ ਵਿੱਚ ਸੋਚਦੀ ਆ ਵੀ ਰੱਬ ਸੁੱਖ ਰੱਖੇ, ਕੱਲ੍ਹ ਨੂੰ ਦੀਪੋ ਨੂੰ ਕੁਟੀਆ 'ਚ ਲੈ ਕੇ ਜਾਊਂ, ਉਧਰੀ ਜੀ ਪਈ ਹੋਣੀ ਆ ਉਹ ਤਾਂ। ਸੀਤੋ ਨੂੰ ਵੀ ਲਾਲਚ ਸੀ ਦੀਪੋ ਤੱਕ, ਕਿਉਂਕਿ ਦੀਪੋ ਸੀਤੋ ਨੂੰ ਹਰ ਚੀਜ਼ ਦਿੰਦੀ, ਬਚਨੋ ਤੋਂ ਚੋਰੀ ਘਿਓ ਦੁੱਧ ਸਬਜ਼ੀ ਅਤੇ ਹੋਰ ਵੀ ਚੀਜ਼ ਦੇ ਦਾਲ ਲੱਗਦਾ ਦੇ ਦਿੰਦੀ, ਅਤੇ ਇਹ ਲਾਲਚ ਸੀਤੋ ਤੋਂ ਦੀਪੋ ਦੀ ਮਦਦ ਕਰਵਾਉਂਦਾ ਸੀ। ਦੀਪੋ ਸੀਤੋ ਦੀ ਕਿਸੇ ਗੱਲ ਨੂੰ ਨਾਂਹ ਨਹੀਂ ਸੀ ਕਰਦੀ। ਦੂਜੇ ਦਿਨ ਸੀਤੋ ਬਚਨੋ ਕੇ ਘਰ ਜਾਂਦਿਆਂ ਸਾਰ ਕੰਮ ਧੰਦੇ ਲੱਗ ਜਾਂਦੀ ਹੈ। ਬਚਨੋ ਨੇ ਬੱਚੇ ਨੂੰ ਰੋਂਦਾ ਵੇਖ ਕਿਹਾ, ਨੀ ਬਲਵੀਰੋ, ਕਿਉਂ ਜਵਾਕ ਨੂੰ ਵਿਲਕਣੀ ਲਾਈ ਆ, ਦੁੱਧ ਪਿਆ ਦੇ ਭੋਰਾ ਇਹਨੂੰ। ਬਲਵੀਰੋ ਨੇ ਕਿਹਾ, ਬੇਬੇ ਦੁੱਧ ਪੀਂਦਾ ਹੀ ਨਹੀਂ, ਉਵੇਂ ਹੀ ਕੱਢ ਦਿੰਦਾ। ਬਚਨੋ ਨੇ ਫਿਕਰ ਕਰਦਿਆਂ ਕਿਹਾ, ਲੈ ਜਵਾਕ ਦੇ ਹਸਲੀ ਨਾ ਪੈ ਗਈ ਹੋਵੇ। ਸੀਤੋ ਵਿੱਚੋਂ ਹੀ ਬੋਲੀ, ਬੇਬੇ ਨਜ਼ਰ ਲੱਗੀ ਹੋਊ ਪੱਕਾ, ਜਾਂ ਦੁੱਧ ਨਿਗਾਹ ਚੜ੍ਹ ਗਿਆ ਹੋਊ ਕਿਸੇ ਦੇ। ਬਚਨੋ ਨੇ ਸੀਤੋ ਨੂੰ ਕਿਹਾ, ਨਹੀਂ ਸੀਤੋ, ਸਾਰੇ ਕੰਮ ਛੱਡ ਦੇ ਇੱਥੇ ਹੀ, ਤੂੰ ਇਉਂ ਕਰ, ਕੁਟੀਆ 'ਚ ਜਾ ਕੇ ਧਾਗਾ ਕਰਾ ਲਿਆ ਨਜ਼ਰ ਦਾ। ਬੇਬੇ ਹੁਣ ਤਾਂ ਕਹਿੰਦੀ ਬਾਬਾ ਧਾਗਾ ਤਵੀਤ ਕਰਦਾ ਨਹੀਂ, ਸੀਤੋ ਨੇ ਦੱਸਿਆ। ਬਚਨੋ ਕਹਿੰਦੀ, ਤੂੰ ਮੇਰਾ ਨਾਂ ਲੈ ਦੇਈਂ, ਵੀ ਉਹਨੇ ਕਿਹਾ ਆਪੇ ਕਰ ਦੂ ਬਾਬਾ ਕੁਝ ਨਾ ਕੁਝ। ਸੀਤੋ ਨੇ ਪੁੱਛਿਆ, ਬੇਬੇ ਆਪਾਂ ਦੋਵੇਂ ਚੱਲਦੀਆਂ ਫਿਰ? ਬਚਨੋ ਨੇ ਕਿਹਾ, ਭਾਈ ਸੀਤੋ ਮੈਥੋਂ ਜਾਇਆ ਨਹੀਂ ਜਾਣਾ, ਆਹ ਵੇਖ ਇੱਕ ਤਾਂ ਲੱਤ ਦੁਖਦੀ ਹੈ, ਤੂੰ ਐਂ ਕਰ ਦੀਪੋ ਨੂੰ ਲੈ ਜਾ, ਨਾਲ ਛੇਤੀ ਮੁੜ ਆਇਓ, ਦੀਪੋ ਦੀਆਂ ਪੰਜੇ ਘਿਓ 'ਚ ਹੋ ਗਈਆਂ। ਕਹਿੰਦੇ ਆ ਕਿ ਪਿਆਰ ਮਨੁੱਖੀ ਜੀਵਨ ਦੀ ਸਭ ਤੋਂ ਅਨੋਖੀ ਅਤੇ ਮਹਾਨ ਘਟਨਾ ਹੈ। ਹਰ ਇੱਕ ਦੀ ਜ਼ਿੰਦਗੀ ਵਿੱਚ ਇਹ ਘਟਨਾ ਜ਼ਰੂਰ ਘਟਦੀ ਹੈ, ਰੂਪ ਕੋਈ ਵੀ ਹੋਵੇ। ਪੰਜਾਬ ਵਿਚਲੀਆਂ ਪ੍ਰੀਤ ਜੋੜੀਆਂ ਹੀਰ ਰਾਂਝਾ, ਸੱਸੀ ਪੁੰਨੂ, ਸੋਹਣੀ ਮਹਿਵਾਲ, ਮਿਰਜ਼ਾ ਸਾਹਿਬਾਂ ਆਦਿ ਨੇ ਪੰਜਾਬ ਦਿਆਂ ਲੋਕਾਂ ਮਨਾਂ ਵਿੱਚ ਅਜਿਹੇ ਜਾਦੂ ਕੀਤੇ ਕਿ ਵਰਤਮਾਨ ਵਿੱਚ ਵੀ ਰੋਜ਼ ਮਰਾ ਦੇ ਕੰਮਕਾਰ, ਗੱਲਾਂ ਬਾਤਾਂ, ਕਾਰ ਵਿਹਾਰ ਵਿੱਚ ਇਹਨਾਂ ਦਾ ਜ਼ਿਕਰ ਹੁੰਦਾ ਏ। ਹਰ ਪ੍ਰੇਮੀ ਆਪਣੀ ਪ੍ਰੇਮਿਕਾ ਦੇ ਚਿਹਰੇ ਵਿੱਚੋਂ ਹੀਰ, ਸੱਸੀ, ਸੋਹਣੀ ਸਾਹਿਬਾਂ ਨੂੰ ਲੱਭਦਾ ਏ। ਜਗਜੀਤ ਨੂੰ ਨਸੀਬ ਕਿਸੇ ਹੀਰ ਤੋਂ ਘੱਟ ਨਹੀਂ ਸੀ ਜਾਪਦੀ। ਪਿੰਡ ਨਾਨਕੇ ਗਏ ਜਗਜੀਤ ਨੂੰ ਲਗਭਗ 15 ਦਿਨ ਹੋ ਗਏ ਸਨ। ਰੋਜ਼ਾਨਾ ਕਾਲਜ ਜਾਣਾ ਅਤੇ ਚਾਹ ਵਾਲੇ ਖੋਖੇ 'ਤੇ ਨਸੀਬ ਨਾਲ ਚਾਹ ਪੀਣੀ, ਪਿਆਰ ਭਰੀਆਂ ਗੱਲਾਂ ਕਰਨੀਆਂ ਆਦਿ ਵਿੱਚ ਉਸ ਨੂੰ ਪਿੰਡ ਆਉਣਾ ਭੁੱਲ ਗਿਆ ਅਤੇ ਨਾ ਹੀ ਚੇਤਾ ਰਿਹਾ ਕਿ ਪਿੰਡ ਦੇ ਬਹੁਤੇ ਕੰਮ ਉਹਦੇ ਨਾਂ ਜਾਣ ਕਰਕੇ ਰੁਕੇ ਪਏ ਹਨ। ਕਰਮਜੀਤ ਫੌਜੀ, ਸੂਬਾ ਅਮਰਜੀਤ ਅਤੇ ਬਾਬਾ ਕਾਲੀ ਪਿੰਡ ਆ ਕੇ ਉਸ ਦੇ ਆਉਣ ਦੀ ਉਡੀਕ ਕਰ ਰਹੇ ਸਨ। ਬਾਬਾ ਕਾਲੀ ਨੇ ਆਪਸ ਵਿੱਚ ਗੱਲਾਂ ਕਰਦਿਆਂ ਕਿਹਾ, ਕੀ ਗੱਲ ਹੋ ਗਈ ਹੋਊ ਭਲਾ, ਜਗਜੀਤ ਨੂੰ ਆਇਆ ਹੀ ਨਹੀਂ? ਕਰਮਜੀਤ ਫੌਜੀ ਨੇ ਕਿਹਾ, ਫਾਰਮ ਫੁਰਮ ਭਰਨ ਲੱਗ ਪਿਆ ਹੋਊ, ਨਵੇਂ ਦਾਖਲੇ ਹੋ ਰਹੇ ਆ,
ਸੂਬੇ ਨੇ ਦੱਸਿਆ। ਸ਼ਮਸ਼ੇਰ ਸਿੰਘ ਕਹਿੰਦਾ ਸੀ ਕਿ ਅੱਜ ਭਲਕੇ ਆਊਗਾ, ਸਾਰਿਆਂ ਨੂੰ ਫਿਕਰ ਸੀ ਕੀ ਕੀਤਾ ਜਾਵੇ। ਬਾਬਾ ਰਿਸ਼ੀ ਪਾਲ ਖੁਸ਼ ਨਜ਼ਰ ਆ ਰਿਹਾ ਸੀ ਕਿ ਸ਼ਮਸ਼ੇਰ ਸਿੰਘ ਤੇਜਾ ਨਾਜਰ ਅਤੇ ਹੋਰ ਪਿੰਡ ਦੀਆਂ ਬੁੜੀਆਂ ਬਾਬੇ ਨਾਲ ਸਨ। ਦੀਪੋ ਦੀ ਜਵਾਨੀ 'ਤੇ ਨਿੱਤ ਵਾਰ ਆ ਰਿਹਾ ਸੀ। ਬਚਨੋ ਨੂੰ ਫਿਕਰ ਸੀ ਕਿ ਕਿਹੜਾ ਵੇਲਾ ਹੋਵੇ ਦੀਪੋ ਨੂੰ ਵਿਆਹ ਕੇ ਤੋਰਿਆ ਜਾਵੇ, ਸਿਰੋਂ ਭਾਰ ਲਹੇ। ਸੀਤੋ ਨਿੱਕਾ ਮੋਟਾ ਕੰਮ ਕਰੀ ਜਾ ਰਹੀ ਸੀ ਕਿ ਬਚਨੋ ਨੇ ਆ ਕੇ ਕਿਹਾ, ਨਹੀਂ ਸੀਤੋ, ਮੈਨੂੰ ਤਾਂ ਰਾਤਾਂ ਨੂੰ ਨੀਂਦ ਨਹੀਂ ਆਉਂਦੀ। ਵਿੱਚੋਂ ਵਿੱਚ ਮਨ ਉਦਾਸ ਰਹਿੰਦਾ, ਪਤਾ ਨਹੀਂ ਲੱਗਦਾ ਕਿਉਂ। ਸੀਤੋ ਨੇ ਹੌਂਸਲਾ ਦਿੰਦਿਆਂ ਕਿਹਾ, ਨਹੀਂ ਮਾਂ ਜੀ, ਜਦੋਂ ਰੱਬ ਨੇ ਇੰਨੀਆਂ ਖੁਸ਼ੀਆਂ ਦਿੱਤੀਆਂ ਫਿਰ ਤਾਂ ਠੀਕ ਨਹੀਂ। ਕਹਿੰਦੇ ਨੇ ਜਦੋਂ ਅਸਮਾਨ 'ਤੇ ਬੱਦਲ ਹੋਣ ਤਾਂ ਮਨ ਉਦਾਸ ਹੋ ਜਾਂਦਾ ਏ। ਇਹ ਬੱਦਲ ਭਾਵੇਂ ਕਾਲੇ ਹੋਣ, ਭਾਵੇਂ ਚਿੱਟੇ, ਵਰਨ ਭਾਵੇਂ ਨਾ ਵਰਨ, ਪਰ ਮਾਂ ਜੀ ਕੀ ਲੱਗਦਾ ਤੈਨੂੰ? ਬਚਨੋ ਨੇ ਫਿਕਰ 'ਚ ਕਿਹਾ, ਨਹੀਂ ਸੀਤੋ, ਜਿਹਦੀ ਧੀ ਕੋਠੇ ਜਿੱਡੀ ਹੋਵੇ ਉਹਨੂੰ ਕਿੱਥੋਂ ਚੈਨ ਆਉਂਦਾ। ਸੀਤੋ ਨੇ ਦਿਲਾਸਾ ਦਿੰਦਿਆਂ ਕਿਹਾ, ਪਰ ਮਾਂ ਜੀ ਦੀਪੋ ਤਾਂ ਸਿਆਣੀ ਕੁੜੀ ਆ, ਕੱਢਣ ਕੱਤਣ ਅਤੇ ਕੰਮ ਕਾਰ ਸਾਰੇ ਜਾਣਦੀ ਆ, ਫਿਰ ਫਿਕਰ ਕਾਹਦਾ। ਕਈ ਵਾਰੀ ਬੰਦੇ ਨੂੰ ਆਉਣ ਵਾਲੇ ਸਮੇਂ ਦੀ ਭਖਿਆ ਹੋ ਜਾਂਦੀ ਹੈ, ਪਰ ਕਰ ਕੁਝ ਨਹੀਂ ਸਕਦਾ। ਸੀਤੋ ਇਹ ਗੱਲ ਨਹੀਂ, ਪਿੱਛੇ ਤੇਜੇ ਦੀਆਂ ਤਿੰਨ ਕੁੜੀਆਂ ਕੋੜੀ ਵੇਲ ਵਾਂਗੂ ਵੱਧਦੀਆਂ ਆਉਂਦੀਆਂ। ਬਚਨੋ ਦਾ ਦਰਦ ਦਿਖਾਈ ਦੇ ਰਿਹਾ ਸੀ। ਸੀਤੋ ਨੇ ਕਿਹਾ, ਕੋਈ ਨਾ ਮਾਂ ਜੀ, ਸੁੱਖ ਨਾਲ ਰੱਬ ਦਾ ਦਿੱਤਾ ਸਭ ਕੁਝ ਆ। ਧੀਆਂ ਕਿਹੜਾ ਰਾਤਾਂ ਨੂੰ ਉੱਠ ਕੇ ਖਾਂਦੀਆਂ ਨੇ ਵਿਚਾਰੀਆਂ, ਰੱਬ ਤਾਂ ਜੰਮਣ ਤੋਂ ਪਹਿਲਾਂ ਇਹਨਾਂ ਦਾ ਭੰਨ ਘੜ ਕਰ ਦਿੰਦਾ। ਕਹਿੰਦੇ ਨੇ ਜਿਹੜੇ ਘਰੇ ਧੀਆਂ ਹੋਣ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ। ਸੀਤੋ ਸਿਆਣੀਆਂ ਗੱਲਾਂ ਕਰ ਰਹੀ ਸੀ। ਬਚਨੋ ਨੂੰ ਥੋੜ੍ਹਾ ਹੌਂਸਲਾ ਮਿਲਿਆ, ਪਰ ਘਰ ਗਈ ਨਾ ਬੋੜਦੀ। ਪੋਥੀ ਕਾਣੀ ਨਾਰ ਟੁੱਟੀ ਭੱਜੀ ਜਾਂ ਮੁੜੇ, ਜੋ ਮੁੜੇ ਕਰਤਾਰ। ਨਾਜਰ ਅਤੇ ਬੰਤਾ ਜਗੀਰੋ ਦਾ ਪਤਾ ਲੈਣ ਚਲੇ ਗਏ। ਉਹਨਾਂ ਨੇ ਰਾਤ ਰਹਿ ਕੇ ਆਉਣਾ ਸੀ। ਤੇਜੇ ਦੀ ਅੱਜ ਪਾਣੀ ਦੀ ਵਾਰੀ ਸੀ ਰਾਤ ਨੂੰ। ਬਚਨੋ ਬਲਵੀਰੋ ਕੋਲ ਸੁੱਤੀ ਪਈ ਸੀ। ਨੇੜੇ ਹੀ ਦੀਪੋ ਵੀ ਪੂਰੇ ਦੀ ਠੰਡੀ ਵਾਹ ਵਗਦੀ ਸੀ। ਸੀਤੋ ਆਪਣੀ ਸਕੀਮ ਨੂੰ ਬੂਰ ਪੈਂਦਾ ਵੇਖ ਰਹੀ ਸੀ। ਬੱਦਲਵਾਈ ਪੂਰੀ ਸੀ, ਕਦੇ ਕਦੇ ਅਸਮਾਨ 'ਚ ਬਿਜਲੀ ਲਿਸ਼ਕਦੀ। ਹਨੇਰ ਪੱਖ ਸੀ ਸਾਉਣ ਮਹੀਨੇ ਦਾ। ਸੀਤੋ ਨੇ ਰਿਸ਼ੀ ਬਾਬੇ ਦੇ ਕਹਿਣ 'ਤੇ ਦੀਪੋ ਨੂੰ ਤਾਰੇ ਚੜ੍ਹਦੇ ਨਾਲ ਹੀ ਆਪਣੇ ਘਰ ਬੁਲਾਉਣ ਲਈ ਕਿਹਾ ਸੀ। ਸੀਤੋ ਨੇ ਦੀਪੋ ਨੂੰ ਸਾਰੀ ਗੱਲ ਦੱਸੀ ਹੋਈ ਸੀ। ਦੀਪੋ ਤਾਂ ਪਹਿਲਾਂ ਹੀ ਸਹਾਰਾ ਪਾਲਦੀ ਸੀ। ਸੀਤੋ ਦਾ ਘਰ ਦੀਪੋ ਦੇ ਘਰ ਤੋਂ ਮਸਾਂ 2 ਕਿੱਲਿਆਂ ਦੀ ਵਾਟ 'ਤੇ ਸੀ, ਅਤੇ ਸੀ ਵੀ ਪਿਛਲੀ ਬੀਹੀ 'ਚ। ਸੀਤੋ ਅਤੇ ਦੀਪੋ ਨੇ ਕਾਲੀ ਰਾਤ ਵਿੱਚ ਇੱਕ ਦੂਜੀ ਨੇ ਬਿੰਦਰ ਨਹੁਰੇ ਕੋਲ ਇਕੱਠੀਆਂ ਹੋਣਾ ਸੀ। ਹੋ ਗਈਆਂ, ਦੀਪੋ ਨੇ ਕਿਹਾ, ਨਹੀਂ ਭਾਬੀ, ਡਰ ਜਾ ਲੱਗਦਾ। ਸੀਤੋ ਨੇ ਹੌਲੀ ਦੇਣੇ ਕਿਹਾ, ਨਹੀਂ ਚੁੱਪ ਕਰ ਜਾ, ਕੋਈ ਜਾਗ ਨਾ ਪਵੇ। ਦੋਨੋਂ ਜਾਣੀਆਂ ਪੱਬਾਂ ਭਾਰ ਤੁਰੀਆਂ। ਕਾਲੇ ਬੱਦਲਾਂ ਨੇ ਮਾੜੇ ਮੋਟੇ ਚੰਨ ਨੂੰ ਵੀ ਲੁਕੋ ਲਿਆ ਸੀ। ਅੰਦਰ ਵੜੀਆਂ ਅੱਗੇ ਰਿਸ਼ੀ ਸਰੋਂ ਦੇ ਤੇਲ ਨਾਲ ਜਗਦੇ ਦੀਵੇ ਕੋਲ ਖੜ੍ਹਾ ਸੀ। ਦੀਪੋ ਰਿਸ਼ੀ ਨੂੰ ਵੇਖ ਠਠੁੰਬਰ ਗਈ। ਇੱਕਦਮ ਹਵਾ ਦਾ ਤੇਜ਼ ਬੁੱਲਾ ਆਇਆ, ਦੀਪੋ ਰਿਸ਼ੀ ਦੇ ਹਿੱਕ ਨਾਲ ਚੁੰਬੜ ਗਈ। ਤੇਜ਼ ਹਵਾ ਨਾਲ ਦੀਵਾ ਬੁੱਝ ਗਿਆ। ਫਿੜਕਾ ਅੱਗੇ ਕਰ ਸੀਤੋ ਦੂਜੇ ਅੰਦਰ ਚਲੀ ਗਈ। ਇੱਕਦਮ ਕਾਲੇ ਬੱਦਲ ਵਰਨ ਲੱਗ ਪਏ। ਜਗਜੀਤ ਕਾਲਜ ਦੇ ਸਾਰੇ ਕੰਮ ਨਿਬੇੜ, ਨਸੀਬ ਨੂੰ ਮਿਲ ਅਤੇ ਉਹਨੂੰ ਜਲਦੀ ਆਉਣ ਦਾ ਕਹਿ ਕੇ ਮੋਗਿਓਂ ਪਿੰਡ ਨੂੰ ਚੱਲ ਪਿਆ। ਜਗਜੀਤ ਨੂੰ ਆਉਂਦਿਆਂ ਹੀ ਸੂਬੇ ਨੇ ਕਿਹਾ, ਯਾਰ ਤੂੰ ਤਾਂ ਜੀ ਲਾ ਕੇ ਬਹਿ ਗਿਆ ਸੀ ਮੋਗੇ। ਜਗਜੀਤ ਨੇ ਕਿਹਾ, ਨਹੀਂ ਸੂਬੇ ਭਰਾ, ਨਵਾਂ ਦਾਖਲਾ ਲੈਣਾ ਸੀ ਮੋਗੇ, ਤਾਂ ਕਰਕੇ ਟਾਈਮ ਲੱਗ ਗਿਆ।
ਹੋਰ ਸੁਣਾ ਸੁੱਖਸਾਂ ਦਾ ਪਿੰਡ 'ਚ ਕੋਈ ਹੋਇਆ ਭਰਤੀ? ਫਿਰੋਜ਼ਪੁਰ ਕਰਮਜੀਤ ਗਿਆ ਸੀ ਮੁੰਡੇ ਲੈ ਕੇ, ਸੂਬੇ ਨੇ ਦੱਸਿਆ। ਹਾਂ, ਇੱਕ ਮੁੰਡਾ ਹੋਇਆ ਫਿੱਟ, ਕੈਲੇ ਕਾ ਚਰਨਾ। ਬਾਕੀਆਂ ਨੂੰ ਫਿਰ ਸੱਦਿਆ ਅਗਲੀ ਵਾਰ। ਜਗਜੀਤ ਨੇ ਪੁੱਛਿਆ, ਹੋਰ ਸੁਣਾ ਬਾਬਾ ਕਾਲੀ ਦਾ ਕੀ ਹਾਲ ਆ? ਸੂਬੇ ਨੇ ਦੱਸਿਆ, ਠੀਕ ਆ, ਅਗਲਾ ਪਿੰਡ ਦੀ ਸੰਗਤ ਨਾਲ ਮੱਥਾ ਟੇਕਣ ਗਿਆ ਸੀ। ਗੱਲਾਂ ਕਰਦੇ ਕਰਦੇ ਦੋਨੋਂ ਜਗਜੀਤ ਦੇ ਘਰ ਆ ਗਏ। ਜਗਜੀਤ ਨੇ ਬਾਪੂ ਦੇ ਪੈਰੀ ਹੱਥ ਲਾਏ ਅਤੇ ਪੁੱਛਿਆ, ਬੇਬੇ ਕਿੱਥੇ ਆ? ਸ਼ਮਸ਼ੇਰ ਸਿੰਘ ਨੇ ਦੱਸਿਆ, ਉਹ ਕਰਤਾਰ ਸਿਉਂ ਕੇ ਘਰੇ ਗਈ ਆ, ਕੰਮ ਸੀ ਕੋਈ ਜ਼ਰੂਰੀ। ਉਦੋਂ ਹੀ ਪ੍ਰਸਿੰਨ ਕੌਰ ਆ ਜਾਂਦੀ ਆ। ਜਗਜੀਤ ਦਾ ਸਿਰ ਪਲੋਸਦਿਆਂ ਮੱਥਾ ਚੁੰਮਿਆ ਅਤੇ ਅਸੀਸਾਂ ਦਿੱਤੀਆਂ। ਸਾਉਣ ਮਹੀਨੇ ਦੇ ਪਿਛਲੇ ਪੱਖ ਦੀਆਂ ਤੀਆਂ ਸਨ। ਬਿੰਦਰ ਅਤੇ ਪਿੰਡ ਦੀ ਹੋਰ ਕੁੜੀਆਂ ਪੇਕੇ ਆਈਆਂ ਹੋਈਆਂ ਸਨ। ਦੀਪੋ ਨੇ ਬਿੰਦਰ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ। ਦੀਪੋ ਬਿੰਦਰ ਵਾਲੀਆਂ ਗੱਲਾਂ ਤੋਂ ਜਾਣੂ ਸੀ, ਤਾਂ ਕਰਕੇ ਬਹੁਤ ਹੀ ਹੈਰਾਨ ਨਾ ਹੋਈ। ਬਿੰਦਰ ਨੇ ਕਿਹਾ, ਨਹੀਂ ਦੀਪੋ, ਵਿਆਹ ਕਰਵਾ ਕੇ ਤਾਂ ਮੌਜਾਂ ਹੀ ਮੌਜਾਂ, ਸਾਰੇ ਮਗਰ ਮਗਰ ਫਿਰਦੇ ਰਹਿੰਦੇ ਆ। ਦੀਪੋ ਸੁਣ ਕੇ ਖੁਸ਼ ਵੀ ਹੋ ਰਹੀ ਸੀ, ਆਪਣੇ ਅਤੇ ਰਿਸ਼ੀ ਬਾਰੇ ਵੀ ਸੋਚ ਰਹੀ ਸੀ। ਤੀਆਂ ਦੇ ਦਿਨ ਥੋੜ੍ਹੇ ਰਹਿ ਗਏ ਸਨ, ਕਪਾਹਾਂ ਅਜੇ ਖਿੜੀਆਂ ਨਹੀਂ ਸਨ। ਕਦੇ ਪੁੱਛੇ ਕਦੇ ਪੂਰੇ ਦੀ ਠੰਡੀ ਹਵਾ ਵਗ ਪੈਂਦੀ। ਸ਼ਾਮਾਂ ਨੂੰ ਪਿੰਡ ਬਾਹਰ ਖਿੜੀ ਵਿੱਚ ਤੀਆਂ ਲੱਗਦੀਆਂ, ਕੁੜੀਆਂ ਚਿੜੀਆਂ ਰਲ ਗਿੱਧੇ ਵਿੱਚ ਬੋਲੀਆਂ ਪਾਉਂਦੀਆਂ, ਆਪਣੇ ਆਪਣੇ ਮਨਾਂ ਦੀ ਵਲਵਲੇ ਜ਼ੁਬਾਨ 'ਤੇ ਸਾਂਝੇ ਕਰਦੀਆਂ। ਬਿੰਦਰ ਨੇ ਬੋਲੀ ਪਾਈ, ਮੇਰਾ 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 ਨੀ ਚੰਨ ਭਾਵੇਂ ਨਿੱਤ ਚੜ੍ਹਦਾ, ਸਾਨੂੰ ਸੱਜਣਾ ਦੇ ਬਾਜੋ ਹਨੇਰਾ। ਦੀਪੋ ਬਿੰਦਰ ਦੀ ਵੱਖੀ ਵਿੱਚ ਹੁੱਕ ਮਾਰ ਕੇ ਗਿੱਧੇ 'ਚ ਵੜ ਗਈ। ਦੀਪੋ ਨੇ ਬੋਲੀ ਪਾਈ, ਤੇਰੇ 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 ਵੇ, ਮੈਂ ਹੋ ਜੂੰ ਸਾਧਨੀ, ਬਹਿ ਜੂੰ ਕਿਸੇ ਸਾਧ ਦੇ ਡੇਰੇ। ਸਾਰੀਆਂ ਕੁੜੀਆਂ ਰੱਜ ਕੇ ਨੱਚੀਆਂ ਅਤੇ ਖਿੜ ਖਿੜ ਕਰਦੀਆਂ ਘਰਾਂ ਨੂੰ ਤੁਰ ਪਈਆਂ। ਬੋਲੀ ਵਾਲੀ ਗੱਲ ਸੀਤੋ ਨੇ ਰਿਸ਼ੀ ਬਾਬੇ ਨੂੰ ਜਾ ਦੱਸੀ। ਸੋਚੀ ਪੈ ਗਿਆ, ਕਿਤੇ ਇਹ ਦੀਪੋ ਦੀ ਪਾਈ ਬੋਲੀ ਮੇਰੀ ਟਿੰਡ ਫੋੜੀ ਨਾ ਚੁਕਾ ਦੇ। ਕਿਉਂਕਿ ਜਦੋਂ ਰਿਸ਼ੀ ਦੇ ਚੇਲੇ ਨੇ ਆ ਕੇ ਦੱਸਿਆ ਕਿ ਬਾਬਾ ਕਾਲੀ ਸੂਬਾ ਕਰਮਜੀਤ ਫੌਜੀ ਮੈਂ ਪਿੰਡ 'ਚ ਵੇਖੇ, ਜਗਜੀਤ ਤਾਂ ਮੇਰੇ ਵੱਲ ਘੂਰ ਘੂਰ ਕੇ ਵੇਖ ਰਿਹਾ ਸੀ। ਬਾਬਾ ਜੀ, ਮੈਂ ਤਾਂ ਆਪ ਡਰ ਗਿਆ ਸੀ, ਤਾਂ ਹੀ ਤਾਂ ਮੈਂ ਕਾਲੀ ਕਾਲੀ ਕੁਟੀਆ 'ਚ ਆ ਗਿਆ ਹਾਂ। ਬਾਬੇ ਨੇ ਸੀਤੋ ਨੂੰ ਕਿਹਾ ਕਿ ਦੀਪੋ ਨੂੰ ਕਹਿ ਥੋੜ੍ਹਾ ਠੀਕ ਠਾਕ ਰਿਹਾ ਕਰੇ, ਕਿਤੇ ਕੋਈ ਗੱਲ ਜਗਜੀਤ ਹੋਰਾਂ ਤੱਕ ਨਾ ਜਾ ਵੜੇ, ਬਾਬਾ ਅੰਦਰ ਪਾਪ ਕਰਕੇ ਡਰਿਆ ਹੋਇਆ ਸੀ। ਸੀਤੋ, ਤੂੰ ਵੀ ਹੁਣ ਇੱਧਰ ਉੱਧਰ ਵੇਖ ਕੇ ਆਇਆ ਕਰ ਕੁਟੀਆ 'ਚ। ਬਾਬੇ ਨੇ ਦੀਪੋ ਦੇ ਨਾਲ ਨਾਲ ਸੀਤੋ ਨੂੰ ਵੀ ਖਬਰਦਾਰ ਕੀਤਾ, ਪਰ ਬਾਬੇ ਨੂੰ ਫਿਰ ਖਤਰੇ ਦੇ ਬੱਦਲ ਮੰਡਰਾਉਣ ਲੱਗਣ ਲੱਗ ਪਏ। ਕਿਉਂਕਿ ਸੀਤੋ ਨੂੰ ਨਾਜਰ ਨੇ ਕਿਹਾ ਸੀ ਕਿ ਤੂੰ ਅਤੇ ਦੀਪੋ ਕੁਟੀਆ ਘੱਟ ਜਾਇਆ ਕਰੋ। ਬੰਤਾ ਸਿੰਘ, ਜਿਹਨੇ ਕਦੇ ਵੀ ਸੀਤੋ ਨੂੰ ਮੰਦਾ ਨਹੀਂ ਸੀ ਬੋਲਿਆ ਸੀ, ਸੀਤੋ ਨਾਲ ਗੱਲ ਕਰਨ ਨੂੰ ਵੀ ਤਿਆਰ ਨਹੀਂ ਸੀ। ਸੀਤੋ ਇਸ ਗੱਲ ਨੂੰ ਸਮਝ ਰਹੀ ਸੀ ਕਿ ਬੰਤਾ ਬਦਲਿਆ ਬਦਲਿਆ ਲੱਗਦਾ ਏ। ਇਹਨਾਂ ਸਾਰੀਆਂ ਗੱਲਾਂ ਤੋਂ ਬਾਬੇ ਨੇ ਲੱਖਣ ਲਾ ਲਿਆ ਸੀ ਕਿ ਉਸ ਨੂੰ ਪੂਰਾ ਚੁਕੰਨਾ ਰਹਿਣਾ ਪਊਗਾ। ਸ਼ਮਸ਼ੇਰ ਸਿੰਘ ਨੂੰ ਮਿਲਣ ਬਾਰੇ ਸੋਚ ਕੇ ਬਾਬਾ ਕੁਟੀਆ ਅੰਦਰ ਚਲਾ ਗਿਆ। ਦੀਪੋ ਲਈ ਸੌਣ ਦੀਆਂ ਵਰਦੀਆਂ ਠੰਡੀਆਂ ਕਣੀਆਂ ਦਾ ਕੋਈ ਅਰਥ ਨਹੀਂ ਸੀ, ਉਸ ਲਈ ਸੌਣ ਮਹੀਨੇ ਨੂੰ ਤਾਨੇ ਮਿਹਣੇ ਮਾਰਨ ਤੋਂ ਸਿਵਾਏ ਕੁਝ ਨਹੀਂ ਸੀ। ਉਸ ਲਈ ਉਹਨਾਂ ਦਿਨਾਂ ਦਾ ਕੋਈ ਅਰਥ ਨਹੀਂ ਸੀ, ਉਸ ਲਈ ਇਹ ਮੌਸਮ ਅਰਥਹੀਨ ਸੀ। ਕਈ ਵਾਰ ਦੀਪੋ ਦੇ ਦਿਲ ਆਸ ਬੱਝਣੀ ਪਰ ਟੁੱਟ ਜਾਂਦੀ। ਦੀਪੋ ਦੇ ਤਰਲੇ ਸੁਣਨ ਵਾਲਾ ਕੋਈ ਨਹੀਂ ਸੀ। ਸੀਤੋ ਵੀ ਕੰਮ ਤੋਂ ਹਟ ਗਈ ਸੀ, ਬਲਵੀਰ ਆਪਣੇ ਜਵਾਕਾਂ ਵਿੱਚ ਰੁੱਝ ਗਈ ਸੀ। ਬਾਬਾ ਕੁਟੀਆ ਅੰਦਰ ਹੀ ਰਹਿੰਦਾ,
ਚੇਲੇ ਡਰਦੇ ਡਰਦੇ ਪਿੰਡ ਵੱਲ ਡਾਲੀ ਕਰ ਲਿਆਉਂਦੇ। ਬ੍ਰਿਹਣ ਬਣ ਗਈ ਦੀਪੋ ਨੇ ਆਪਣੇ ਦਿਲ ਦਾ ਭਾਰ ਹੌਲਾ ਕਰਨ ਲਈ ਕੰਧਾਂ ਦੇ ਕੋਲੇ ਨਾਲ ਆਪਣੇ ਜਜ਼ਬਾਤਾਂ ਨੂੰ ਉੱਕਰਨਾ ਸ਼ੁਰੂ ਕਰ ਦਿੱਤਾ। ਜਦੋਂ ਜਾਲ ਫਾਂਦੀਆਂ ਨੇ ਪਾਇਆ ਨੈਣ ਭਰ ਰੋਈਆਂ ਅੱਖੀਆਂ। ਸ਼ਮਸ਼ੇਰ ਸਿੰਘ ਘੋੜੀਆਂ ਵਾਲੇ ਦੀਆਂ ਚਾਰ ਧੀਆਂ ਅਤੇ ਇੱਕ ਪੁੱਤ ਜਗਜੀਤ ਸੀ। ਚਾਰੇ ਧੀਆਂ ਸੁੱਖ ਨਾਲ ਚੰਗੇ ਪਰਿਵਾਰਾਂ ਵਿੱਚ ਵਿਆਹੀਆਂ ਹੋਈਆਂ ਸਨ। ਜਗਜੀਤ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਜਿਸ ਨੂੰ ਬੜੇ ਚਾਵਾਂ ਅਤੇ ਲਾਡਾਂ ਨਾਲ ਪਾਲਿਆ ਸੀ। ਅੱਜ ਤੱਕ ਜਗਜੀਤ ਦੀ ਹਰ ਗੱਲ ਪੂਰੀ ਕੀਤੀ ਜਾਂਦੀ ਸੀ। ਸ਼ਮਸ਼ੇਰ ਹੋਰੀ ਵੀ ਦੋ ਭਾਈ ਅਤੇ ਪੰਜ ਭੈਣਾਂ ਸਨ। ਪਹਿਲੀ 34 ਕਿੱਲੇ ਸੀ ਦੋਨਾਂ ਭਾਈਆਂ ਕੋਲ। ਸ਼ਮਸ਼ੇਰ ਦਾ ਵੱਡਾ ਭਰਾ ਜਗਸ਼ੇਰ ਸਿੰਘ ਛੜਾ ਸੀ, ਕੰਮ ਕਾਰ ਕਰਨ ਵਾਲਾ ਮਿਹਨਤੀ ਬੰਦਾ ਸੀ। ਵਿਆਹ ਕਰਵਾਉਣ ਦਾ ਸਮਾਂ ਹੀ ਨਹੀਂ ਮਿਲਿਆ, ਇਸ ਕਰਕੇ ਜਗਸ਼ੇਰ ਸ਼ਮਸ਼ੇਰ ਦੇ ਚੁੱਲ੍ਹੇ 'ਤੇ ਹੀ ਸੀ। ਨਾਲੇ ਜਗਸ਼ੇਰ ਦੀ ਭਾਬੀ ਪ੍ਰਸੰਨ ਕੌਰ ਉਸ ਦਾ ਪੂਰਾ ਖਿਆਲ ਰੱਖਦੀ ਸੀ, ਜਿਸ ਕਰਕੇ ਸ਼ਮਸ਼ੇਰ ਨੇ ਵਿਆਹ ਨਾ ਕਰਵਾਇਆ। ਪ੍ਰਸੰਨ ਕੌਰ ਨੂੰ 17-18 ਕਿੱਲਿਆਂ ਦਾ ਲਾਲਚ ਸੀ, ਤਾਂ ਹੀ ਤਾਂ ਜਗਸ਼ੇਰ ਦੀ ਦਾਲ ਵਾਲੀ ਕੋਲੀ ਵਿੱਚ ਦੇਸੀ ਘਿਓ ਵੱਧ ਪਾਉਂਦਾ, ਲੱਸੀ ਵਾਲੇ ਪਿੱਤਲ ਦੇ ਵੱਡੇ ਗਲਾਸ ਵਿੱਚ ਮੱਖਣੀ ਦਾ ਪੇੜਾ ਵੀ ਪਾ ਦਿੰਦੀ। 35 ਕਿੱਲੇ ਪੈਲੀ ਵਿੱਚ 12 ਕਿੱਲਿਆਂ ਨੂੰ ਨਹਿਰੀ ਪਾਣੀ ਲੱਗਦਾ ਸੀ, 10 ਕਿੱਲੇ ਮਾਰੂ ਵਾਹਣ ਸੀ, 10 ਕਿੱਲੇ ਰੋਡ ਵਾਲੀ ਜ਼ਮੀਨ, 2 ਕਿੱਲੇ ਨਿਆਈ ਵਾਲੀ ਪੈਲੀ ਸੀ। ਕਾਫੀ ਟਾਈਮ ਤੋਂ ਸ਼ਮਸ਼ੇਰ ਕੇ ਮਾੜੂ ਸੀਰੀ ਲੱਗਿਆ ਹੋਇਆ ਸੀ, ਹਰ ਸਾਲ ਨਵਾਂ ਲਿਖ ਲਿਖਾ ਕਰ ਲੈਂਦੇ। ਸ਼੍ਰੀ ਹਮੇਸ਼ਾ ਹਿੱਸੇ ਪੱਤੀ 'ਤੇ ਹੀ ਰੱਖਿਆ ਜਾਂਦਾ ਸੀ। ਮਾੜੂ ਦੇ ਘਰ ਵਾਲੀ ਪਰੋ ਵੀ ਘਰ ਪ੍ਰਸੰਨ ਕੌਰ ਨਾਲ ਕੰਮ ਧੰਦਾ ਕਰਵਾਉਂਦੀ ਸੀ। ਗੋਹੇ ਕੂੜੇ ਵਾਸਤੇ ਇੱਕ ਹੋਰ ਜਨਾਨੀ ਜੈਲੋ ਰੱਖੀ ਹੋਈ ਸੀ। ਪਿੰਡ ਵਿੱਚ ਸ਼ਮਸ਼ੇਰ ਸਿੰਘ ਦੀ ਚੰਗੀ ਪੈਠ ਸੀ। ਸ਼ਾਮ ਨੂੰ ਰੋਟੀ ਖਾਂਦਿਆਂ ਜਗਜੀਤ ਨੇ ਪੁੱਛਿਆ, ਬੇਬੇ ਕਿਵੇਂ, ਕਰਤਾਰ ਤਾਏ ਕੇ ਘਰੇ ਉਰੀ ਵਾਂਗੂ ਘੁੰਮਦੀ ਫਿਰਦੀ ਹੈ, ਸੁੱਖ ਤਾਂ ਹੈ? ਪ੍ਰਸੰਨ ਕੌਰ ਕਹਿੰਦੀ, ਨਹੀਂ ਪੁੱਤ, ਉਹ ਤਾਂ ਮੈਂ ਪਤਾ ਲੈਣ ਗਈ ਸੀ, ਬਿੰਦਰ ਆਈ ਵੀ ਸੀ ਤਾਂ ਕਰਕੇ। ਪ੍ਰਸੰਨ ਕੌਰ ਨੇ ਗੱਲ ਲੁਕਾਉਣ ਦੀ ਕੋਸ਼ਿਸ਼ ਕੀਤੀ। ਸ਼ਮਸ਼ੇਰ ਸਿੰਘ ਗੱਲ ਸੁਣ ਕੇ ਮੁੱਛਾਂ ਵਿੱਚ ਹੀ ਹੱਸਣ ਲੱਗ ਪਿਆ। ਜਗਜੀਤ ਹੁਣ ਤੇਰੀ ਮਾਂ ਦਾ ਇਕੱਲੀ ਦਾ ਘਰੇ ਘੱਟ ਜੀ ਲੱਗਦਾ, ਤਾਂ ਹੀ ਕਰਤਾਰ ਸਿਉਂ ਕੇ ਘਰੇ ਕਈ ਗੇੜੇ ਮਾਰ ਆਉਂਦੀ ਆ। ਜਗਜੀਤ ਦਾ ਢਿੱਡ ਹੱਸਿਆ, ਕਿਉਂਕਿ ਨਸੀਬ ਨੇ ਉਸ ਨੂੰ ਪਹਿਲਾਂ ਹੀ ਦੱਸਿਆ ਹੋਇਆ ਸੀ ਕਿ ਆਪਣੇ ਵਿਆਹ ਦੀਆਂ ਗੱਲਾਂ ਚੱਲ ਰਹੀਆਂ ਨੇ। ਜਗਜੀਤ ਸਵਾਦ ਲੈ ਰਿਹਾ ਸੀ। ਦੂਜੇ ਦਿਨ ਸਵਖਤੇ ਹੀ ਸੁਰਜੀਤ ਬਾਬੇ ਦਾ ਚੇਲਾ ਪਿੰਡ ਵਿੱਚ ਡਾਲੀ ਮੰਗਦਾ ਮੰਗਦਾ ਸ਼ਮਸ਼ੇਰ ਸਿੰਘ ਦੇ ਘਰ ਨੇੜੇ ਆਇਆ। ਉਸ ਨੇ ਇੱਧਰ ਉੱਧਰ ਧਿਆਨ ਨਾਲ ਵੇਖਿਆ ਤਾਂ ਮਾੜੂ ਨੂੰ ਆਵਾਜ਼ ਮਾਰੀ ਅਤੇ ਪੁੱਛਿਆ, ਕਿ ਸਰਦਾਰ ਸਾਹਿਬ ਘਰ ਹੀ ਆ? ਮਾੜੂ ਨੇ ਨਾਂਹ ਵਿੱਚ ਸਿਰ ਹਿਲਾਇਆ। ਚੇਲੇ ਨੇ ਪੁੱਛਿਆ ਅਤੇ ਜਗਜੀਤ ਮਾੜੂ ਨੂੰ ਕਿਹਾ, ਨਹੀਂ ਉਹ ਤਾਂ ਹੈ ਨਹੀਂ। ਚੇਲੇ ਨੂੰ ਸੁੱਖ ਦਾ ਸਾਹ ਆਇਆ, ਅੰਦਰ ਆ ਕੇ ਕਿਹਾ, ਬਾਬਾ ਜੀ, ਤੁਹਾਨੂੰ ਸਾਡੇ ਬਾਬੇ ਨੇ ਕੁਟੀਆ 'ਚ ਸੱਦਿਆ ਹੈ। ਸ਼ਮਸ਼ੇਰ ਸਿੰਘ ਨੇ ਕੋਲ ਆਉਂਦਿਆਂ ਕਿਹਾ, ਕੋਈ ਨਾ ਭਾਈ, ਰੋਟੀ ਪਾਣੀ ਛੱਕ ਕੇ ਆਉਣਾ। ਚੇਲਾ ਕਾਹਲੀ ਕਾਹਲੀ ਪਿੱਛੇ ਮੁੜ ਗਿਆ। ਸੀਤੋ ਬੰਤੇ ਨਾਲ ਗੱਲਾਂ ਕਰ ਰਹੀ ਸੀ, ਬੋਲਦਾ ਨਹੀਂ। ਮੈਂ ਕਹਿੰਦੀ ਸੀ, ਜਿਵੇਂ ਤੇਜੇ ਕੇ ਘਰ ਰੌਣਕਾਂ ਲੱਗੀਆਂ, ਆਪਣੇ ਵੀ ਐਂ ਹੀ ਖੁਸ਼ੀਆਂ ਆਉਣ, ਮੇਰਾ ਜੀ ਕਰਦਾ ਮੇਰੀ ਭੈਣ ਜਗੀਰੋ ਦੇ ਮੁੰਡਾ ਹੋ ਜਾਏ। ਨਾਜਰ ਨੇੜੇ ਹੀ ਮੰਜੇ 'ਤੇ ਪਿਆ ਸੀ। ਭਾਬੀ, ਕੁੜੀ ਹੋਵੇ ਜਾਂ ਮੁੰਡਾ, ਆਪਾਂ ਨੂੰ ਤਾਂ ਦੋਵੇਂ ਹੀ ਚੰਗੇ ਆ। ਸੀਤੋ ਨੇ ਹਾਂ ਵਿੱਚ ਹਾਂ ਮਿਲਾਉਂਦਿਆਂ ਕਿਹਾ, ਨਾਜਰਾ, ਐਂ ਤਾਂ ਹੈ, ਪਰ ਮੁੰਡਾ ਹੋਇਆ ਤਾਂ ਤੇਰੇ ਬਰੋਬਰ ਦਿਨਾਂ 'ਚ ਕਮਾਉਣ ਜੋਗਾ ਹੋਜੂ। ਸੀਤੋ ਨੂੰ ਝੋਰਾ ਵੀ ਸੀ ਕਿ ਜਗੀਰੋ ਆ ਗਈ ਤਾਂ ਨਾਜਰ ਦਾ
ਨਜ਼ਰੀਆ ਮੇਰੇ ਲਈ ਫਿਰ ਬਦਲ ਜਾਣਾ ਹੈ। ਸਾਰੇ ਆਪੋ ਆਪਣੀਆਂ ਸੋਚਾਂ ਸੋਚੀ ਜਾਂਦੇ ਸੀ ਕਿ ਅਚਾਨਕ ਕਿਸੇ ਦੇ ਆਉਣ ਦੀ ਵਿੜਕ ਲੱਗੀ। ਬੰਤੇ ਨੇ ਮੰਜੇ 'ਤੇ ਉੱਠ ਵੇਖਿਆ ਤਾਂ ਜਗੀਰੋ ਦਾ ਭਰਾ ਖਲੋਤਾ ਸੀ। ਸੀਤੋ ਨੇ ਭੱਜ ਉੱਠ ਜਗੀਰੋ ਦੇ ਭਰਾ ਭੋਲੇ ਦਾ ਮੋਢਾ ਪਲੋਸਿਆ। ਨੀ ਮਾਂ ਸਦਕੇ, ਅੱਜ ਤਾਂ ਵੀਰ ਕੋਈ ਸੁੱਖ ਦਾ ਸੁਨੇਹਾ ਲੈ ਕੇ ਆਇਆ। ਭੋਲਾ ਕਹਿੰਦਾ, ਹਾਂ ਭੈਣ, ਜਗੀਰੋ ਭੈਣ ਕੋਲ ਮੁੰਡਾ ਹੋਇਆ। ਵਧਾਈਆਂ ਤੁਹਾਨੂੰ ਸਾਰਿਆਂ ਨੂੰ। ਆਹ ਬੇਬੇ ਨੇ ਵਧਾਈ ਭੇਜੀ ਆ। ਮੁੰਡੇ ਨੇ ਪਤਾਸਿਆਂ ਵਾਲਾ ਝੋਲਾ ਸੀਤੋ ਨੂੰ ਫੜਾਇਆ। ਸੀਤੋ ਨੇ ਕਿਹਾ, ਮਹਾਰਾਜ ਸਭ ਨੂੰ ਵਧਾਵੇ। ਬੰਤਾ ਅਤੇ ਨਾਜਰ ਵੀ ਬਹੁਤ ਖੁਸ਼ ਹੋਏ। ਨਾਜਰ ਨੇ ਭੱਜ ਕੇ ਬੰਤੇ ਨੂੰ ਗੱਲ ਵਕੜੀ ਪਾਈ ਅਤੇ ਵਧਾਈਆਂ ਦਿੱਤੀਆਂ। ਭੋਲਾ ਰਾਤ ਰਿਹਾ ਅਤੇ ਸਾਂਝ ਰਹੀ ਪਿੰਡ ਨੂੰ ਰਵਾਨਾ ਹੋ ਗਿਆ। ਸੀਤੋ ਨੂੰ ਮੁੰਡੇ ਹੋਣ ਦੀ ਪੂਰੀ ਖੁਸ਼ੀ ਸੀ, ਪਰ ਕਿਤੇ ਨਾ ਕਿਤੇ ਜਗੀਰੋ ਆਉਣ 'ਤੇ ਉਦਾਸ ਵੀ ਜਾਪਦੀ ਸੀ। ਬਚਨੋ ਦੇ ਗੋਡੇ ਜ਼ਿਆਦਾ ਪੀੜ ਕਰਨ ਨਾਲ ਹੁਣ ਉਹ ਬੈਠਣ ਦਾ ਹੀ ਕੰਮ ਕਰਦੀ। ਬਾਕੀ ਕੰਮ ਬਲਵੀਰੋ ਅਤੇ ਦੀਪੋ ਹੀ ਸਾਂਭਦੀਆਂ। ਬਚਨੋ ਦੀਆਂ ਦੋਵੇਂ ਪੋਤੀਆਂ ਵੀ ਨਾਨਕਿਆਂ ਤੋਂ ਆ ਗਈਆਂ ਸਨ। ਬਚਨੋ ਪੋਤੇ ਨੂੰ ਚੁੱਕੀ ਰੱਖਦੀ, ਦੀਪੋ ਵੱਲ ਵੇਖ ਵੇਖ ਝੁਰਦੀ, ਕਿਉਂਕਿ ਬਚਨੋ ਦੀ ਭੈਣ ਨੇ ਜਿਹੜੇ ਮੁੰਡੇ ਦੀ ਦੱਸ ਦੀਪੋ ਬਾਰੇ ਪਾਈ ਸੀ ਉਹ ਕਿਤੇ ਹੋਰ ਵਿਆਹ ਗਿਆ ਸੀ। ਦੀਪੋ ਦੀ ਵੱਡੀ ਆਸ ਟੁੱਟਣ ਕਾਰਨ ਉਹ ਦੁੱਖ ਸੀ। ਭਾਵੇਂ ਰਿਸ਼ਤਿਆਂ ਦੀ ਕੋਈ ਘਾਟ ਨਹੀਂ ਸੀ, ਪਰ ਉਹ ਰਿਸ਼ਤਾ ਹੱਥੋਂ ਨਿਕਲ ਜਾਣ ਕਾਰਨ ਉਦਾਸ ਸੀ। ਸੋਚਦੀ ਰਹਿੰਦੀ, ਕੁਟੀਆ 'ਚ ਹੀ ਜਾ ਆਵਾਂ, ਬਾਬੇ ਤੋਂ ਪੁੱਛ ਪੜਤਾਲ ਹੀ ਕਰ ਲਾਂ ਕੋਈ ਦੀਪੋ ਬਾਰੇ। ਪਰ ਤੇਜੇ ਨੇ ਨਹੀਂ ਮੰਨਣਾ, ਆਪਣੇ ਮਨ ਵਿੱਚ ਵਿਉਂਤਾਂ ਬਣਾਉਂਦੀ ਰਹੀ। ਬਲਵੀਰੋ ਅਤੇ ਤੇਜਾ ਹੁਣ ਚੁਬਾਰੇ 'ਚ ਪੈਂਦੇ। ਇੱਕ ਰਾਤ ਤੇਜੇ ਨੇ ਕਿਹਾ, ਬਲਵੀਰੋ ਵੇਖ ਲਾ ਕਿੰਨਾ ਤੜਫਾਇਆ ਤੂੰ ਮੈਨੂੰ। ਅੱਗੋਂ ਬਲਵੀਰੋ ਬੋਲੀ, ਮੁੰਡਾ ਵੀ ਤਾਂ ਤੇਰਾ ਹੀ ਜੰਮਿਆ। ਤੇਜੇ ਨੇ ਕਿਹਾ, ਆਹੋ ਤੂੰ ਮੈਨੂੰ ਬਹੁਤ ਵੱਡੀ ਖੁਸ਼ੀ ਦਿੱਤੀ ਆ ਬਲਵੀਰੋ, ਵੇਖੀ ਚੱਲ ਵੱਡਾ ਹੋ ਕੇ ਜਦੋਂ ਇਹ ਮੋਢਿਆਂ 'ਤੇ ਕਹੀ ਰੱਖ ਜਾਇਆ ਕਰੂ ਤਾਂ ਜੱਟ ਦਾ ਸੀਨਾ ਠਰ ਜਾਇਆ ਕਰੂ। ਤੇਜੇ ਨੇ ਬਲਵੀਰੋ ਦੇ ਹੱਥ ਚੁੰਮ ਲਏ। ਬਲਵੀਰੋ ਨੇ ਤੇਜੇ ਨੂੰ ਵਰਜਾਂਦਿਆਂ ਕਿਹਾ, ਹੌਲੀ ਬੋਲ, ਮੁੰਡਾ ਨਾ ਜਾਗ ਜਾਵੇ। ਤੇਜਾ ਕਹਿੰਦਾ, ਅੱਜ ਨਾ ਕੁਝ ਕਹਿ ਬਲਵੀਰੋ, ਹੋਰ ਨਹੀਂ ਸਬਰ ਹੁੰਦਾ। ਬਲਵੀਰੋ ਅਤੇ ਤੇਜਾ ਇੱਕ ਮੰਜੇ 'ਤੇ ਇਕੱਠੇ ਹੋ ਗਏ। ਦੀਪੋ ਪੂਰੀ ਉਧਰੀ ਪਈ ਸੀ, ਉਹਨੂੰ ਸੁਰਜੀਤ 'ਤੇ ਗੁੱਸਾ ਵੀ ਬਹੁਤ ਆ ਰਿਹਾ ਸੀ। ਕਸੂਤੀ ਫਸ ਗਈ ਦੀਪੋ, ਕਹਿੰਦੇ ਨੇ ਊਂਟ ਚੜ੍ਹਾਈ ਚੰਗੀ ਨਾ ਲੁਗਾਈ। ਦੀਪੋ ਨੂੰ ਲੱਗਦਾ ਕਿ ਬਿੰਦਰ ਦੇ ਪੁਰਾਣੇ ਕਲਵੰਤ ਜਿੰਨਾ ਮੇਰਾ ਰਿਸ਼ੀ ਦਲੇਰ ਨਹੀਂ, ਡਰਪੋਕ ਹੈ। ਮੈਨੂੰ ਮਿਲਣ ਤਾਂ ਆਉਣਾ ਦੂਰ ਦੀ ਗੱਲ, ਮੈਨੂੰ ਸੁਨੇਹਾ ਵੀ ਨਹੀਂ ਭੇਜਿਆ, ਕਿੰਨਾ ਨਿਰਮੋਹਾ ਬਣਿਆ। ਦੀਪੋ ਆਪਣੇ ਮਨ ਵਿੱਚ ਕਹਿੰਦੀ ਹੈ, ਨੈ ਲੰਘੀ ਖਵਾਜਾ ਵਰਸਿਆ, ਐਡੇ ਕੀ ਮਾੜੇ ਕੰਮ ਕਰਤੇ, ਮੈਂ ਜਿਹੜੀ ਐਡੀ ਸਜ਼ਾ ਮਿਲ ਗਈ। ਸੁਰਜੀਤ, ਜੇ ਤੂੰ ਕੱਲ੍ਹ ਤੱਕ ਮੈਨੂੰ ਨਾ ਮਿਲਿਆ ਤਾਂ ਕੋਈ ਖੂਹ ਖਾਤੇ ਪੈ ਜਾਵੇ। ਹਾਏ ਨੀ ਦੀਪੋ, ਆਹ ਕੀ ਸੋਚੀ ਜਾਨੀ ਆ, ਤੈਨੂੰ ਕੀ ਪਤਾ ਉਹ ਵੀ ਮੇਰੇ ਵਾਂਗੂ ਸੋਚਦਾ ਹੋਊ, ਕੀ ਪਤਾ ਉਹ ਵੀ ਮਜਬੂਰ ਹੋਵੇ, ਉਹ ਵੀ ਤਰਸਦਾ ਹੋਵੇ ਮੈਨੂੰ। ਹਾਏ ਰੱਬਾ ਮਿਲਾ ਦੇ ਸਾਨੂੰ, ਕਿਉਂ ਕਹਿ ਰਟਾਉਣਾ, ਸੀਤੋ ਵੀ ਨਹੀਂ ਆਉਂਦੀ ਹੁਣ ਤਾਂ, ਨਹੀਂ ਕਰ ਦਿੰਦੀ ਕੋਈ ਭੰਨ ਘੜ, ਪਰ ਮਿਲਣਾ ਤਾਂ ਜ਼ਰੂਰ ਆ ਰਿਸ਼ੀ ਨੂੰ। ਬਸ ਇੱਕੋ ਗੱਲ ਰੱਖਣੀ ਆ ਉਹਦੇ ਮੂਹਰੇ, ਵੀ ਦੀਪੋ ਸਿਰਫ ਤੇਰੀ ਆ ਤੇਰੀ। ਬਿਲ ਬੁੱਕਲ 'ਚ ਨਿੱਘ ਮਾਣਿਆ ਮੈਂ ਹੋਰ ਕਿਸੇ ਨਾਲ ਨਹੀਂ ਵੰਡ ਸਕਦੀ, ਪਰ ਸੁਰਜੀਤ ਨੇ ਕਿਹੜਾ ਮੇਰੇ ਬਿਨਾਂ ਹੋਰ ਕਿਸ ਨੂੰ ਪਿਆਰ ਕੀਤਾ, ਮੈਨੂੰ ਵੀ ਤਾਂ ਉਹ ਭੁੱਲ ਨਹੀਂ ਸਕਦਾ। ਕੱਲ੍ਹ ਨੂੰ ਬੇਬੇ ਨਾਲ ਗੱਲ ਕਰਦੀ ਹਾਂ ਵੀ ਆਪਾਂ ਅਖੰਡ ਪਾਠ ਕਦੋਂ ਕਰਵਾਉਣਾ, ਉੱਥੇ ਹੀ ਹੋਜੂ ਹੁਣ ਮੁਲਾਕਾਤ।
ਸੀ ਤੋਂ ਦਿਲ ਵਿੱਚ ਮਿਲਣ ਦੀ ਉਮੀਦ ਲੈ, ਅੱਖਾਂ ਵਿੱਚ ਸੁਨਹਿਰੀ ਸੁਪਨੇ, ਜਿਵੇਂ ਸੁਰਜੀਤ ਦੀ ਬੁੱਕਲ ਵਿੱਚ ਪਈ ਹੋਵੇ ਅਤੇ ਸੁਰਜੀਤ ਉਹਦੇ ਵਾਲਾਂ ਵਿੱਚ ਹੱਥ ਫੇਰ ਰਿਹਾ ਹੋਵੇ। ਸੌਂ ਗਈ। ਸ਼ਮਸ਼ੇਰ ਸਿੰਘ ਕੁਟੀਆ ਵਾਲੇ ਬਾਬੇ ਨੂੰ ਮਿਲਣ ਜਾਂਦਾ। ਕੁਟੀਆ ਪਹੁੰਚ ਕੇ ਬਾਬਾ ਜੀ ਨੂੰ ਆਵਾਜ਼ ਲਗਾਈ, ਇਹ ਭਾਈ ਰਿਸ਼ੀ। ਹਾਂ ਬਾਬਾ ਜੀ। ਆਇਆ ਸ਼ਮਸ਼ੇਰ। ਹੋਰ ਭਾਈ ਸਭ ਠੀਕ ਠਾਕ ਆ? ਮੈਨੂੰ ਸੁਨੇਹਾ ਲਾਇਆ ਸੀ ਤੇਰੇ ਚੇਲਿਆਂ ਨੇ। ਕੀ ਗੱਲ ਸੀ ਭਾਈ? ਬਾਬਾ, ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਜ਼ਰੂਰੀ। ਇਸ ਕਹਾਣੀ ਦਾ ਅਗਲਾ ਭਾਗ ਤੁਹਾਡੇ ਲਈ ਕੱਲ੍ਹ ਨੂੰ ਜਲਦ ਹੀ ਲੈ ਕੇ ਪੇਸ਼ ਹੋਵਾਂਗੇ। ਜੇਕਰ ਚੈਨਲ 'ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਵੀਡੀਓ ਨੂੰ ਲਾਈਕ ਕਰ ਦਿਓ। ਤੁਹਾਡਾ ਸਾਰਿਆਂ ਦਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।